ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਸਿੱਖਾਂ ਦਾ ਪ੍ਰੇਮ ਗੁਰੂ ਮਹਾਰਾਜ ਨਾਲ ਕਿਤਨਾ ਕੁ ਸੀ, ਇਹ ਸਾਨੂੰ ਪ੍ਰਾਤਨ ਇਤਿਹਾਸ ਵਿੱਚੋਂ ਪਤਾ ਲੱਗਦਾ। ਅੱਜ ਕੱਲ੍ਹ ਕੀ ਹੋ ਰਿਹਾ, ਲੋਕ ਜਿਹੜੇ ਆ ਨਾਸਤਕ ਹੋ ਰਹੇ ਆ। ਪੁਰਾਣੇ ਸਿੱਖਾਂ ਦਾ ਇਤਿਹਾਸ ਅੱਜ ਸਾਨੂੰ ਪੜ੍ਹਨ ਦੀ ਜ਼ਰੂਰਤ ਆ, ਸੁਣਨ ਦੀ ਲੋੜ ਆ। ਉਹਨਾਂ ਨੇ ਜਿੰਨਾ ਪ੍ਰੇਮ ਸਤਿਗੁਰਾਂ ਨਾਲ ਕੀਤਾ ਹੈ, ਸ਼ਾਇਦ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਇੰਨਾ ਪ੍ਰੇਮ ਨਹੀਂ ਕਰਦੇ। ਆਓ ਜੀ, ਸਰਵਣ ਕਰਦੇ ਹਾਂ ਸ਼ਾਂਤੀ ਦੇ ਪੁੰਜ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀ ਇੱਕ ਗਾਥਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਵਕਤ ਦੋ ਸ਼ਖਸ ਸੀਗੇ, ਪਿਓ ਅਤੇ ਪੁੱਤਰ ਸੀਗੇ, ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ। ਇਹ ਬਾਣੀ ਵਿੱਚ ਆਪਾਂ ਪੰਗਤੀ ਬਹੁਤ ਵਾਰ ਪੜ੍ਹੀ ਆ, ਸੁਣੀ ਵੀ ਹੋਵੇਗੀ ਆਪ ਜੀ ਨੇ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਹੇ ਗੁਰੂ, ਤੇਰੇ ਦਰਸ਼ਨ ਦੀ ਖਾਤਰ ਜੇ ਮੈਨੂੰ ਆਪਣਾ ਸਰੀਰ ਵੀ ਕਟਾਉਣਾ ਪੈ ਜਾਵੇ ਤਾਂ ਇਹ ਵੀ ਮੈਂ ਭੇਟਾ ਦੇ ਦਿਆਂਗਾ। ਇਸ ਕਰਕੇ ਐਸਾ ਪ੍ਰੇਮ ਪ੍ਰਾਤਨ ਸਿੱਖ ਮਹਾਰਾਜ ਨਾਲ ਕਰਦੇ ਸੀ। ਦੋ ਪਿਓ ਅਤੇ ਪੁੱਤਰ ਜਿਹੜੇ ਮਹਾਰਾਜ ਨਾਲ ਇੰਨਾ ਪ੍ਰੇਮ ਕੀਤਾ ਅਤੇ ਸ਼ਬਦ ਦੇ ਵੀ ਅਭਿਆਸੀ ਸੀਗੇ, ਸਿਮਰਨ ਕਰਦੇ ਸੀ। ਦੋਨੋਂ ਪਿਤਾ ਅਤੇ ਪੁੱਤਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਤੋਂ ਲਾਹੌਰ ਗਏ ਆ, ਤਾਂ ਕੋਈ ਸੇਵਕ ਕਹੇ ਗੁਰੂ ਸਾਹਿਬ ਜੀ ਮੇਰੇ ਘਰ ਖਾਣਾ ਖਾਓ, ਪ੍ਰਸ਼ਾਦਾ ਛਕੋ, ਕੋਈ ਕਹੇ ਸਾਡੇ ਘਰ ਚਰਨ ਪਾਓ। ਮਹਾਰਾਜ ਨੇ ਪ੍ਰੇਮ ਦੇਖਿਆ ਕਿ ਲਾਹੌਰ ਦੀ ਸੰਗਤ ਦਾ ਇਤਨਾ ਪ੍ਰੇਮ ਆ, ਅਤੇ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਵਾਰੀ ਵਾਰੀ ਕਰਕੇ ਦੱਸੋ ਕਿਸ ਤਰੀਕ ਨੂੰ ਕਿਹਦੇ ਘਰ ਪ੍ਰਸ਼ਾਦਾ ਛਕਣਾ ਹੈ। ਦੇਖੋ ਗੁਰੂ ਸਾਹਿਬ ਜੀ ਵਿੱਚ ਸੰਗਤ ਹਰ ਪ੍ਰਭ ਸਹਿ ਜੀਓ। ਮਹਾਰਾਜ ਦਾ ਪਿਆਰ ਜਿਸ ਤਰ੍ਹਾਂ ਆਪਣੇ ਪੁੱਤਰਾਂ ਨਾਲ ਹੁੰਦਾ, ਉਵੇਂ ਹੀ ਸਿੱਖਾਂ ਨਾਲ ਹੁੰਦਾ। ਗੁਰੂ ਜੀ ਦਾ ਪਿਆਰ ਆਪਣੇ ਸਿੱਖਾਂ ਪੁੱਤਰਾਂ ਦੇ ਨਾਲ ਇੱਕੋ ਸਮਾਨ ਹੁੰਦਾ। ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਆ, ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ, ਪਰ ਉਹ ਬੇਗਾਨੇ ਨੂੰ ਕਿਸੇ ਨੂੰ ਉਨਾ ਪਿਆਰ ਨਹੀਂ ਕਰ ਸਕਦੇ, ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹਿ ਦੇਣ। ਪਰ ਗੁਰੂ ਸਾਹਿਬ ਜੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਮਹਾਰਾਜ ਜਾਣਦੇ ਸੀ ਕਿ ਸੰਗਤ ਰੱਬ ਦਾ ਰੂਪ ਹੁੰਦੀ ਆ, ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ, ਭਾਈ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਜਦੋਂ ਇਸ ਤਰ੍ਹਾਂ ਮਹਾਰਾਜ ਨੇ ਆਖਿਆ, ਇਹ ਗੱਲ ਉਹ ਪਿਓ ਅਤੇ ਪੁੱਤਰ ਨੇ ਵੀ ਸੁਣੀ ਆ, ਜਿਨ੍ਹਾਂ ਦਾ ਨਾਮ ਸੀ ਸੰਮਣ ਅਤੇ ਮੂਸਣ। ਉਹਨਾਂ ਨੂੰ ਵੀ ਚਾਉ ਆ ਗਿਆ ਕਿ ਅਸੀਂ ਵੀ ਮਹਾਰਾਜ ਲਈ ਪ੍ਰਸ਼ਾਦਾ ਤਿਆਰ ਕਰਾਂਗੇ। ਉਹਨਾਂ ਨੇ ਖਰਚ ਨੂੰ ਪੂਰਾ ਕਰਨ ਲਈ ਕਿ ਵਧੀਆ ਚੀਜ਼ਾਂ ਤਿਆਰ ਕਰਾਂਗੇ, ਪਕਵਾਨ ਬਣਾਵਾਂਗੇ, ਹੋਰ ਮਜ਼ਦੂਰੀ ਕਰਾਂਗੇ। ਸੋ ਉਹਨਾਂ ਨੇ ਵੀ ਇਸ ਤਰ੍ਹਾਂ ਉਹ ਸੂਚੀ ਵਿੱਚ ਆਪਣਾ ਨਾਮ ਲਿਖਵਾ ਦਿੱਤਾ ਜੋ ਸਿੱਖ ਲਿਖ ਰਹੇ ਸੀ ਕਿ ਫਲਾਣੀ ਤਰੀਕ ਨੂੰ ਗੁਰੂ ਸਾਹਿਬ ਜੀ ਕਿਹਦੇ ਘਰ ਆਉਣਗੇ। ਇਹਨਾਂ ਨੇ ਵੀ ਆਪਣੀ ਤਰੀਕ ਜਿਹੜੀ ਸੀ ਲਿਖਵਾ ਦਿੱਤੀ ਆ। ਜਦੋਂ ਇਹਨਾਂ ਦਾ ਉਹ ਦਿਨ ਆ ਗਿਆ, ਦੋਵੇਂ ਜਾਣੇ ਬਿਮਾਰ ਹੋ ਗਏ। ਜਿਹੜੇ ਰੁਪਈਏ ਕਮਾਏ ਸੀ ਹੁਣੀ ਰੱਬ ਦੀ, ਉਹ ਦਵਾ ਦਾਰੂ ਖਾਣ ਪੀਣ 'ਤੇ ਲੱਗ ਗਏ। ਜਦਕਿ ਮਹਾਰਾਜ ਨੇ ਅਗਲੇ ਦਿਨ ਆਉਣਾ ਸੀਗਾ ਇਹਨਾਂ ਦੇ ਗ੍ਰਹਿ ਵਿੱਚ, ਅਤੇ ਇਹਨਾਂ ਨੇ ਸੇਵਾ ਕਰਨੀ ਸੀ। ਹੁਣ ਜਿਹਦੇ ਵੀ ਘਰ ਗੁਰਮੁਖ ਹੋ ਗੁਰੂ ਸਾਹਿਬ ਜੀ ਪ੍ਰਸ਼ਾਦਾ ਛਕਣ ਜਾਂਦੇ ਹੁੰਦੇ ਸੀ, ਉੱਥੇ ਲਾਂਗਰੀ ਆ ਜਾਂਦੇ ਸੀਗੇ। ਉਹ ਆ ਕੇ ਸੇਵਾ ਕਰਦੇ ਸੀ ਬਰਤਨਾਂ ਦੀ,
ਤਾਂ ਉਹ ਇੱਕ ਰਾਤ ਪਹਿਲਾਂ ਆਉਂਦੇ ਹੁੰਦੇ ਸੀਗੇ, ਜਿਹੜਾ ਕੰਮ ਸਵੇਰੇ ਕਰਨਾ ਹੁੰਦਾ ਸੀ ਰਾਤ ਨੂੰ ਉਹਨਾਂ ਨੇ ਬਰਤਨ ਸਾਫ਼ ਕਰਕੇ ਸਮਾਨ ਤਿਆਰ ਕਰ ਦੇਣਾ। ਸੋ ਰਾਤ ਨੂੰ ਲਾਂਗਰੀ ਆਏ ਅਤੇ ਕਿਹਾ, ਭਾਈ ਜੀ ਸਵੇਰੇ ਤੁਹਾਡੇ ਘਰ ਪ੍ਰਸ਼ਾਦਾ ਹੈ। ਹੁਣ ਉਹਨਾਂ ਕੋਲ ਕੋਈ ਚੀਜ਼ ਤਿਆਰ ਨਹੀਂ ਸੀਗੀ, ਆਪਸ ਵਿੱਚ ਸਲਾਹਾਂ ਕਰਦੇ ਸੀ ਕਿ ਕੀ ਕਰੀਏ। ਆਖਰ ਜਿਹੜੀ ਆ ਉਹਨਾਂ ਵਿੱਚ ਤਜਵੀਜ਼ ਹੋਈ ਕਿ ਚੋਰੀ ਕਰਕੇ ਜ਼ਰੂਰਤ ਨੂੰ ਪੂਰਾ ਕਰੀਏ। ਦੇਖੋ ਮਹਾਰਾਜ ਨਾਲ ਐਸਾ ਪ੍ਰੇਮ ਸੀਗਾ ਵੀ ਗੁਰੂ ਨੂੰ ਪ੍ਰਸ਼ਾਦਾ ਛਕਾਉਣਾ ਅਤੇ ਪੈਸੇ ਕਿੱਥੋਂ ਆਉਣਗੇ। ਹੁਣ ਭਾਵਨਾ ਉਹਨਾਂ ਦੀ ਗਲਤ ਨਹੀਂ, ਦੇਖੋ ਚੋਰੀ ਕਰਨਾ ਇੱਕ ਪਾਪ ਆ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਦੀ ਕੋਈ ਹਾਮਾ ਗਵਾਹੀ ਨਹੀਂ ਭਰਦਾ ਹੁੰਦਾ, ਚੋਰੀ ਕਰਨਾ ਚੰਗੀ ਗੱਲ ਨਹੀਂ ਹੁੰਦੀ, ਚੋਰ ਕੀ ਆ ਚੰਗਾ ਕਿਉਂ ਹੋਏ। ਫਿਰ ਕਹਿੰਦੇ ਚੋਰੀ ਕਰਕੇ ਨਾ ਇਹ ਜ਼ਰੂਰਤ ਨੂੰ ਪੂਰਾ ਕਰ ਦਾਂਗੇ, ਬਾਅਦ ਵਿੱਚ ਜਿਹਦੀ ਚੋਰੀ ਕਰਾਂਗੇ ਉਹਨੂੰ ਪੈਸੇ ਵਾਪਸ ਦੇ ਦਾਂਗੇ ਕਮਾ ਕੇ। ਸਤਿਗੁਰ ਦੀ ਸੇਵਾ ਜ਼ਰੂਰੀ ਆ, ਜੇਕਰ ਮਹਾਰਾਜ ਨੂੰ ਪ੍ਰਸ਼ਾਦਾ ਨਾ ਛਕਾਇਆ ਗੁਰੂ ਮਹਾਰਾਜ ਕੀ ਕਹਿਣਗੇ। ਇਹ ਸੋਚ ਕੇ ਉਹਨਾਂ ਨੇ ਆਏ ਹੋਏ ਲਾਂਗਰੀਆਂ ਨੂੰ ਕਿਹਾ ਕਿ ਹੁਣ ਤਾਂ ਨਹੀਂ, ਪਰ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਸਾਰਾ ਸਮਾਨ ਲਿਆ ਕੇ ਦੇਵਾਂਗੇ। ਲਾਂਗਰੀ ਫਿਰ ਕਹਿ ਕੇ ਚਲੇ ਗਏ ਆ। ਉਹਨਾਂ ਦੀ ਗਲੀ ਦੇ ਵਿੱਚ ਸੰਮਣ ਜਿਹੜਾ ਸੀਗਾ ਅਤੇ ਮੂਸਣ, ਸੰਮਣ ਪਿਤਾ ਮੂਸਣ ਪੁੱਤਰ ਆ, ਉਹਨਾਂ ਦੀ ਗਲੀ ਵਿੱਚ ਸ਼ਾਹੂਕਾਰ ਦੀ ਦੁਕਾਨ ਸੀ। ਰਾਤ ਨੂੰ ਪਿਓ ਪੁੱਤਰ ਗਏ ਆ, ਉਹਦੇ ਵਿੱਚ ਸੰਨ ਲਾਈ ਆ, ਜੋ ਕੁਝ ਕੱਢਣਾ ਸੀ ਸਭ ਕੁਝ ਕੱਢ ਕੇ ਲੈ ਗਏ ਆ, ਸਿਰਫ ਲੂਣ ਮਿਰਚ ਮਸਾਲਾ ਬਾਕੀ ਰਹਿ ਗਿਆ। ਪਹਿਲਾਂ ਤਾਂ ਆਖਣ ਲੱਗੇ ਇਹ ਮਸਾਲਾ ਰਹਿਣ ਦਿਓ, ਫਿਰ ਇਹ ਖਿਆਲ ਕੀਤਾ ਨਹੀਂ ਨਹੀਂ ਦੁਬਾਰਾ ਚੱਲੋ ਲੈ ਹੀ ਲੈਂਦੇ ਹਾਂ। ਜਦੋਂ ਮਿਰਚ ਮਸਾਲਾ ਲੈਣ ਗਈ ਸ਼ਾਹੂਕਾਰ ਦੀ ਅੱਖ ਖੁੱਲ੍ਹ ਗਈ ਹੈ ਜੀ। ਇੰਨੇ ਵਿੱਚ ਪਿਓ ਤਾਂ ਬਾਹਰ ਆ ਗਿਆ, ਸੰਮਣ ਤਾਂ ਬਾਹਰ ਆ ਗਿਆ ਸਾਧ ਸੰਗਤ ਜੀ, ਅਤੇ ਪੁੱਤਰ ਜਿਹੜਾ ਸੀ ਪਾੜ ਵਿੱਚੋਂ ਅਜੇ ਨਿਕਲ ਰਿਹਾ ਸੀ, ਹਜੇ ਸੈਰੀ ਬਾਹਰ ਕੱਢਿਆ ਸੀ ਸ਼ਾਹੂਕਾਰ ਨੇ, ਅਤੇ ਉੱਠ ਕੇ ਹੇਠੋਂ ਉਹਦੀਆਂ ਲੱਤਾਂ ਫੜ ਲਈਆਂ। ਹੁਣ ਬਾਹਰ ਨਾ ਨਿਕਲ ਸਕੇ, ਇੱਧਰੋਂ ਨਾ ਪਿਓ ਛੱਡੇ ਅਤੇ ਅੰਦਰੋਂ ਸ਼ਾਹੂਕਾਰ ਨਾ ਛੱਡੇ, ਬੜੀ ਕਸ਼ਮਕਸ਼ ਉੱਥੇ ਹੋ ਗਈ ਆ ਜੀ। ਆਖਰ ਪੁੱਤਰ ਨੇ ਪਿਓ ਨੂੰ ਕਿਹਾ ਕਿ ਇਉਂ ਕਰੋ ਪਿਤਾ ਜੀ, ਤੁਸੀਂ ਮੇਰਾ ਸਿਰ ਵੱਢ ਲਓ, ਐਸਾ ਨਾ ਹੋਵੇ ਕਿ ਦਿਨ ਚੜ੍ਹੇ ਲੋਕ ਆਉਣ ਅਤੇ ਲੋਕ ਕਹਿਣ ਗੁਰੂ ਦੇ ਸਿੱਖ ਚੋਰੀਆਂ ਕਰਦੇ ਆ, ਸੋ ਤੁਸੀਂ ਇਸ ਤਰ੍ਹਾਂ ਸਿੱਖਾਂ ਦਾ ਨਾਮ ਬਦਨਾਮ ਹੋ ਜੂਗਾ, ਕਿਸੇ ਨੇ ਸਿੱਖਾਂ 'ਤੇ ਯਕੀਨ ਨਹੀਂ ਕਰਨਾ, ਸਿੱਖੀ ਮਹਾਰਾਜ ਜੀ ਨੂੰ ਕਲੰਕ ਨਹੀਂ ਲਾਉਣਾ ਆਪਾਂ, ਤੁਸੀਂ ਢਿੱਲ ਨਾ ਕਰੋ, ਛੇਤੀ ਕਰੋ ਮੇਰਾ ਸਿਰ ਵੱਢ ਲਓ। ਸਿਰ ਦੀ ਪਛਾਣ ਹੁੰਦੀ ਆ, ਸਿਰ ਤੋਂ ਹੀ ਬੰਦੇ ਦਾ ਪਤਾ ਲੱਗਦਾ, ਜੇ ਸਿਰ ਨਾ ਹੋਇਆ ਫਿਰ ਪਿਤਾ ਜੀ ਇਹ ਮੇਰੀ ਲੋਥ ਜਿਹੜੀ ਆ ਪਛਾਣੀ ਨਹੀਂ ਜਾਣੀ, ਤੁਸੀਂ ਛੇਤੀ ਕਰੋ ਦੇਰ ਨਾ ਕਰੋ, ਇਸ ਕਰਕੇ ਇਹ ਕਰਮ ਕਰ ਦਿਓ। ਹੁਣ ਪਿਓ ਪੁੱਤਰ ਦਾ ਸਿਰ ਕਿਸ ਤਰ੍ਹਾਂ ਵੱਢੇ, ਦੇਖੋ ਗੁਰਮੁਖੋ। ਉਹਨੇ ਕਿਹਾ ਮੈਂ ਨਹੀਂ ਵੱਢਦਾ। ਪੁੱਤਰ ਨੇ ਕਿਹਾ ਗੁਰੂ ਦਾ ਤੁਹਾਨੂੰ ਵਾਸਤਾ, ਮੇਰਾ ਸਿਰ ਵੱਢ ਲਓ, ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਵੀ ਗੁਰੂ ਦੀ ਬਦਨਾਮੀ ਹੋਵੇ, ਤੁਹਾਨੂੰ ਗੁਰੂ ਦਾ ਵਾਸਤਾ। ਇਸ ਤਰ੍ਹਾਂ ਬਦਨਾਮੀ ਜੇ ਹੋ ਗਈ ਗੁਰੂ ਦੀ, ਸਾਰਿਆਂ ਨੇ ਫਿਰ ਕਹਿਣਾ ਗੁਰੂ ਦੇ ਸਿੱਖ ਇਹੋ ਜਿਹੇ ਆ, ਇਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਕਹਾਉਂਦੇ ਸੀ, ਇਹ ਤਾਂ ਚੋਰ ਨੇ। ਸਤਿਗੁਰ ਦੀ ਸੇਵਾ ਵੀ ਹੋ ਜਾਵੇਗੀ, ਸਭ ਕੁਝ ਹੋ ਜਾਵੇਗਾ, ਤੁਸੀਂ ਇੱਕ ਵਾਰੀ ਮੇਰਾ ਸਿਰ ਵੱਢ ਦਿਓ। ਪਿਓ ਨੇ ਪਿਤਾ ਨੇ ਸੰਮਣ ਨੇ ਵਿਚਾਰ ਕੀਤੀ ਆ ਜੀ, ਫਿਰ ਵਿਚਾਰ ਵਿਚਾਰ ਕੇ ਖਿਆਲ ਆਇਆ ਕਿ ਸੱਚ ਕਹਿ ਰਿਹਾ। ਇਹ ਸਭ ਕੁਝ ਬੜਾ ਤੇਜ਼ੀ ਵਿੱਚ ਹੋਇਆ, ਜੋ ਮੈਂ ਸ਼ਬਦਾਂ ਵਿੱਚ ਭਾਵੇਂ ਹੌਲੀ ਹੌਲੀ ਕਹਿ ਰਿਹਾ, ਪਰ ਇਹ ਇੱਕਦਮ ਉਹਨੇ ਫੈਸਲਾ ਲਿਆ, ਅਤੇ ਜਿਹੜੀ ਕੋਲ ਲਿਆਂਦੀ ਸੀ ਰੱਖਿਆ ਵਾਸਤੇ ਤਲਵਾਰ, ਉਹ ਤਲਵਾਰ ਮਾਰ ਕੇ ਆਪਣੇ ਹੀ ਪੁੱਤਰ ਦਾ ਸਿਰ ਵੱਢ ਲਿਆ। ਧੜ ਪਰਾਂ ਜਾ ਕੇ ਪਿਆ, ਸਿਰ ਲਿਆ ਕੇ ਅੰਦਰ ਲੁਕੋ ਕੇ ਰੱਖ ਦਿੱਤਾ। ਹੁਣ ਪੁੱਤਰ ਦੀ ਮੌਤ, ਕਲੇਜਾ ਜਿਹੜਾ ਸੀਗਾ, ਕਿਵੇਂ ਉਹਨੂੰ ਸ਼ਾਂਤੀ ਆਵੇ।
ਬਹੁਤ ਮੁਸ਼ਕਲ ਦੇ ਨਾਲ ਇੱਕ ਘੰਟਾ ਗੁਜ਼ਾਰਿਆ। ਉੱਧਰ ਸ਼ਾਹੂਕਾਰ ਕਹਿੰਦਾ ਵੀ ਚੋਰ ਨੂੰ ਵੇਖਾਂ ਤਾਂ ਸਹੀ, ਕੌਣ ਜਦੋਂ ਵੇਖਿਆ ਤਾਂ ਉਹਦਾ ਸੈਰ ਹੀ ਹੈ ਨਹੀਂ। ਉਹਨੂੰ ਫਿਕਰ ਪੈ ਗਿਆ, ਮਨ ਵਿੱਚ ਕਹਿੰਦਾ ਕਿ ਜੇਕਰ ਇਹਨੂੰ ਟਿਕਾਣੇ ਨਾ ਲਾਇਆ ਸਵੇਰੇ ਪੁਲਿਸ ਜਿਹੜੀ ਆ ਬੂਹੇ 'ਤੇ ਆ ਕੇ ਖੜੂਗੀ, ਮੈਨੂੰ ਫੜ ਕੇ ਲੈ ਜਾਣਗੇ। ਉਹਨਾਂ ਨੇ ਮੰਨਣਾ ਨਹੀਂ, ਮੈਨੂੰ ਕੋਤਵਾਲੀ ਲੈ ਜਾਣਗੇ ਥਾਣੇ ਵਿੱਚ, ਕਹਿਣਗੇ ਸਿਰ ਤੂੰ ਵੱਢਿਆ। ਹੋਵੇ ਨਾ ਹੋਵੇ ਕੀਤੇ ਆਸ ਰੱਖੀਏ। ਉਹਨੇ ਕੀ ਕੀਤਾ, ਭਾਈ ਸੰਮਣ ਜੀ ਨੂੰ ਬੁਲਾਇਆ ਅਤੇ ਉਹ ਜਿਹੜੀ ਲੋਥ ਸੀ ਚੁਕਵਾਈ, ਨਾਲੇ ਕੁਝ ਰੁਪਈਏ ਵੀ ਦਿੱਤੇ, ਆਖਿਆ ਇਹਨੂੰ ਬਿਲੇ ਲਾ ਦੇ। ਉਹਨੂੰ ਭਰੋਸਾ ਸੀਗਾ ਵੀ ਇਹੀ ਸਿੱਖ ਇਹ ਕੁਝ ਕਰ ਸਕਦਾ, ਵੀ ਮੈਂ ਤੈਨੂੰ ਹੋਰ ਵੀ ਖੁਸ਼ ਕਰਾਂਗਾ। ਉਹਨੇ ਲੋਥ ਨੂੰ ਉੱਥੋਂ ਚੁੱਕ ਕੇ ਲਿਆ ਕੇ ਆਪਣੇ ਅੰਦਰ ਧੜ ਅਤੇ ਸਿਰ ਦੋਵੇਂ ਜੋੜ ਕੇ ਰੱਖ ਦਿੱਤੇ ਆ ਜੀ, ਅਤੇ ਉਹਦਾ ਬਹੁਤ ਸਾਰਾ ਦੁੱਖ ਘਟ ਗਿਆ। ਕਹਿੰਦਾ ਹੁਣ ਮੈਂ ਗੁਰੂ ਜੀ ਨੂੰ ਕਹਿ ਸਕਦਾ ਕਿ ਮੇਰਾ ਪੁੱਤਰ ਬਿਮਾਰ ਆ। ਖੈਰ ਜਦੋਂ ਸੁਬਾਹ ਹੋਈ ਲਾਂਗਰੀ ਆਏ ਆ, ਉਹਨਾਂ ਨੇ ਸਾਰਾ ਸਮਾਨ ਜਿਹੜਾ ਸੀਗਾ ਮੰਗਿਆ ਦੇ ਦਿੱਤਾ। ਲਾਂਗਰੀ ਲੱਗੇ ਪ੍ਰਸ਼ਾਦਾ ਤਿਆਰ ਕਰਨ। ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ, ਗੁਰੂ ਮਹਾਰਾਜ ਜੀ ਆਏ, ਕਹਿਣ ਲੱਗੇ ਭਾਈ ਸੰਮਣ ਜੀ ਨੂੰ ਕਿ ਪਿਆਰੇ ਜੀਓ, ਆਪਣੇ ਪੁੱਤਰ ਨੂੰ ਬੁਲਾਓ, ਨਜ਼ਰ ਨਹੀਂ ਆਉਂਦੇ, ਮੂਸਣ ਨੂੰ ਬੁਲਾਓ ਜੀ। ਭਾਈ ਸੰਮਣ ਜੀ ਕਹਿਣ ਲੱਗੇ ਮਹਾਰਾਜ ਜੀ ਉਹ ਬਿਮਾਰ ਆ ਮੇਰਾ ਪੁੱਤਰ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਉਹਨੂੰ ਜ਼ਰੂਰ ਲਿਆਓ। ਸੰਮਣ ਕਹਿਣ ਲੱਗਾ ਹਜ਼ੂਰ ਜੀ ਉਹ ਆ ਨਹੀਂ ਸਕਦਾ। ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ ਨਹੀਂ ਉਹ ਬੱਚੇ ਨੂੰ ਤਾਂ ਇੱਥੇ ਆਉਣਾ ਚਾਹੀਦਾ। ਫਿਰ ਕਹਿਣ ਲੱਗਾ ਭਾਈ ਸੰਮਣ ਮਹਾਰਾਜ ਮੇਰੇ ਕਹੇ 'ਤੇ ਤਾਂ ਆਉਂਦਾ ਹੀ ਨਹੀਂ। ਗੁਰੂ ਸਾਹਿਬ ਜੀ ਕਹਿਣ ਲੱਗੇ ਚਲੋ ਫਿਰ ਅਸੀਂ ਬੁਲਾਈਏ। ਉਹਨੇ ਆਖਿਆ ਜੀ ਹਾਂ ਤੁਸੀਂ ਬੁਲਾਓ ਜੀ, ਜ਼ਰੂਰ ਬੁਲਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਵਾਜ਼ ਮਾਰੀ, ਮੂਸਣ ਉੱਠ ਕੇ ਬਾਹਰ ਆ ਜਾ, ਵੇਲੇ ਸਿਰ ਤੂੰ ਕਿੱਥੇ ਗਿਆ ਏ। ਭਾਵ ਕਿ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਸੀਗਾ, ਸ਼ੁਕਣ ਦਾ ਵੇਲਾ ਆਇਆ, ਪਹਿਲਾਂ ਸੇਵਾ ਕਰਦਾ ਰਿਹਾ, ਹੁਣ ਤੂੰ ਕਿੱਧਰ ਚਲਾ ਗਿਆ। ਇਤਨਾ ਕਹਿਣਾ ਸੀ ਮੂਸਣ ਸੰਗਤ ਜੀ ਉੱਠ ਕੇ 9 ਵਾਰ 9 ਹੋ ਕੇ ਬਾਹਰ ਆ ਗਿਆ, ਅਤੇ ਔਰ ਸੰਮਣ ਅਤੇ ਮੂਸਣ ਦੋਵੇਂ ਜਾਣੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਢਹਿ ਪਏ, ਗੁਰੂ ਅਰਜਨ ਦੇਵ ਜੀ ਦੇ। ਸੋ ਕਹਿਣ ਦਾ ਭਾਵ ਇਹ ਆ, ਜਿਨ੍ਹਾਂ ਨੇ ਤਨ ਮਨ ਦਿੱਤਾ, ਉਹਨਾਂ ਨੇ ਸਭ ਕੁਝ ਆਪਣਾ ਕੁਰਬਾਨ ਕੀਤਾ, ਉਹ ਗੁਰੂ ਦੀਆਂ ਖੁਸ਼ੀਆਂ ਲੈ ਲੈਂਦੇ ਆ। ਇਹ ਕੇਵਲ ਪੜ੍ਹਨ ਮਾਤਰ ਹੀ ਨਹੀਂ, ਤਨ ਮਨ ਕਾਟ ਕਾਟ ਸਵੇ ਅਰਪੀ ਵਿੱਚ ਅਗਨੀ ਆਪ ਜਲਾਈ, ਸਿੱਖਾਂ ਨੇ ਕਰਕੇ ਵੀ ਦਿਖਾਇਆ ਏਡੀ ਕਲਾ। ਅਤੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਜਿਵੇਂ ਜੁਗਾਂ ਜੁਗਾਂ ਵਿੱਚ ਅਕਾਲ ਪੁਰਖ ਨੇ ਭਗਤਾਂ ਦੀ ਲਾਜ ਰੱਖੀ ਆ, ਅਤੇ ਗੁਰੂ ਵੀ ਸਿੱਖ ਦੀ ਲਾਜ ਰੱਖਦਾ ਜੀ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਰੱਥ ਗੁਰੂ ਸੀਗੇ, ਸਭ ਕੁਝ ਕਰ ਸਕਦੇ ਸੀ। ਇਹ ਉਹਨਾਂ ਨੇ ਆਪਣੇ ਸਿੱਖਾਂ ਦੀ ਲਾਜ ਰੱਖੀ ਆ ਜੀ, ਉਹਨਾਂ 'ਤੇ ਕਿਰਪਾ ਕੀਤੀ। ਭਾਈ ਸੰਮਣ ਅਤੇ ਭਾਈ ਮੂਸਣ ਜੀ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਕਦਮਾਂ ਉੱਪਰ ਆਪਣਾ ਮਸਤਕ ਰੱਖਿਆ, ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੈ ਵਿੱਚੋਂ ਜਾਏ। ਗੁਰਮੁਖੋ, ਇਹ ਜਿਹੜੀ ਸੇਵਾ ਹੁੰਦੀ ਆ, ਅਸਲ ਸੇਵਾ ਇਹ ਹੋਮੈ ਗਵਾ ਕੇ ਹੀ ਹੁੰਦੀ ਆ। ਪਰ ਹਾਂ, ਕੁਝ ਲੋਕਾਂ ਦਾ ਕੰਮ ਕੀ ਆ, ਉਹਨਾਂ ਦੀ ਸੇਵਾ ਤਾਂ ਬੜੀ ਥੋੜ੍ਹੀ ਹੁੰਦੀ ਆ, ਉਹ ਮੰਗਦੇ ਬਹੁਤਾ ਨੇ। ਸੋ ਜਪ ਸੋ ਤਪ ਜੇ ਸਤਿਗੁਰ ਭਾਵੇ, ਅਸਲ ਦੇ ਵਿੱਚ ਕੇਵਲ ਉਹੀ ਸਿਮਰਨ, ਉਹੀ ਤਪੱਸਿਆ ਪ੍ਰਵਾਨ ਆ ਜਿਹੜੀ ਸੱਚੇ ਗੁਰਾਂ ਨੂੰ ਚੰਗੀ ਲੱਗਦੀ ਹੈ ਜੀ। ਕਈ ਵਾਰੀ ਅਸੀਂ ਪਾਠ ਕਰਦੇ ਹਾਂ, ਤੀਰਥਾਂ 'ਤੇ ਵੀ ਜਾਂਦੇ ਹਾਂ,
ਪਰ ਜੋ ਗੁਰੂ ਨੂੰ ਭਾਵੇ ਹੀ ਨਾ ਫਿਰ ਉਹਦਾ ਕੋਈ ਫਾਇਦਾ ਨਹੀਂ, ਉਹਦਾ ਕੋਈ ਮੁੱਲ ਨਹੀਂ। ਸਤਿਗੁਰ ਕੈ ਭਾਣੈ ਵਡਿਆਈ ਭਾਵੈ। ਇਹ ਤਾਂ ਜਿਹੜਾ ਬੰਦਾ ਸਤਿਗੁਰੂ ਮਹਾਰਾਜ ਦੀ ਰਜ਼ਾ ਵਿੱਚ ਰਹਿੰਦਾ ਹੈ ਉਹਨੂੰ ਆਦਰ ਮਾਣ ਵਡਿਆਈ ਮਿਲਦੀ ਆ, ਅਤੇ ਉਹ ਨਾਨਕ ਆਪ ਛੋੜ ਗੁਰਮਾਹੇ ਸਮਾਵੇ, ਉਹ ਆਪਾ ਭਾਵ ਤਿਆਗ ਕੇ ਗੁਰੂ ਵਿੱਚ ਹੀ ਲੀਨ ਹੋ ਜਾਂਦਾ। ਤਾਂ ਇਹ ਐਸੇ ਸਿੱਖਾਂ ਦੀ ਇਹ ਗਾਥਾ ਜੀ, ਇਹ ਕੋਈ ਆਮ ਸਧਾਰਨ ਸਿੱਖ ਥੋੜ੍ਹੀ ਸੀਗੇ, ਇਹ ਕੋਈ ਅੱਜ ਕੱਲ੍ਹ ਦੇ ਸਿੱਖ ਥੋੜ੍ਹੀ ਸੀ। ਇਹਨਾਂ ਦਾ ਗੁਰੂ ਉੱਪਰ ਵਿਸ਼ਵਾਸ, ਭਰੋਸਾ, ਸਿਦਕ ਬਹੁਤ ਜ਼ਿਆਦਾ ਸੀ। ਦੇਖੋ ਚੋਰੀ ਕਰਨਾ, ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਪਾਪ ਆ, ਕਹਿ ਦਿੱਤਾ ਚੋਰੀ ਕਰ ਲਾਂਗੇ, ਬਾਅਦ ਵਿੱਚ ਮਿਹਨਤ ਕਰਕੇ ਉਹਦੇ ਪੈਸੇ ਵਾਪਸ ਕਰਕੇ ਆਵਾਂਗੇ। ਕਰਮ ਗਲਤ ਸੀਗੇ, ਭਾਵਨਾ ਠੀਕ ਸੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਕਹਿੰਦੇ ਆ, ਜਿਹਦੀ ਭਾਵਨਾ ਠੀਕ ਆ ਉਹਦਾ ਸਭ ਕੁਝ ਠੀਕ ਆ ਜੀ, ਅਤੇ ਜਿਹਦੀ ਭਾਵਨਾ ਨਹੀਂ ਠੀਕ, ਕਰਮ ਭਾਵੇਂ ਉਹਦੇ ਠੀਕ ਆ, ਉਹ ਪ੍ਰਵਾਨ ਨਹੀਂ ਹੋ ਸਕਦਾ। ਅੱਜ ਕੱਲ੍ਹ ਦੇ ਜਿਹੜੇ ਸਿੱਖ ਆ, ਸੁਣਦੇ ਬਹੁਤਾ ਨੇ, ਪੜ੍ਹਦੇ ਬਹੁਤਾ ਨੇ, ਪਰ ਅਮਲ ਕੋਈ ਨਹੀਂ ਕਮਾਉਂਦੇ। ਇੱਕ ਛੋਟੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰੀਏ ਜੀ। ਮਹਾਂਪੁਰਖਾਂ ਨੇ ਇੱਕ ਗਾਥਾ ਸੁਣਾਈ ਸੀ, ਪੱਲਾ ਝਾੜ ਕੇ ਆਉਣਾ, ਬੜੀ ਸੋਹਣੀ ਕਥਾ। ਕੋਈ ਮਹਾਜਨ ਸੀਗਾ, ਕਹਿੰਦੇ ਉਹ ਰੋਜ਼ ਸਾਧ ਸੰਗਤ ਵਿੱਚ ਜਾਂਦਾ ਹੁੰਦਾ ਸੀ। ਉਹਦਾ ਇੱਕ ਜਵਾਨ ਪੁੱਤਰ ਸੀਗਾ। ਇੱਕ ਦਿਨ ਉਹਨੇ ਕਿਹਾ, ਲਾਲਾ ਜੀ ਤੁਹਾਨੂੰ ਸਾਧ ਸੰਗਤ ਵਿੱਚ ਜਾਂਦਿਆਂ ਉਮਰ ਹੋ ਗਈ ਆ, ਅੱਜ ਮੈਨੂੰ ਇਜਾਜ਼ਤ ਦੇ ਦਿਓ, ਮੈਂ ਜਾਣਾ ਚਾਹੁੰਦਾ, ਮੈਂ ਵੀ ਦੇਖਣਾ ਚਾਹੁੰਦਾ ਸਾਧ ਸੰਗਤ ਦਾ ਰਸ ਕੀ ਹੁੰਦਾ, ਖੁਸ਼ੀ ਕੀ ਹੁੰਦੀ ਆ, ਖੇੜਾ ਕੀ ਹੁੰਦਾ, ਕਿਰਪਾ ਕਰੋ ਪਿਤਾ ਜੀ ਅਤੇ ਮੈਨੂੰ ਇਜਾਜ਼ਤ ਦਿਓ। ਮਹਾਜਨ ਨੇ ਕਿਹਾ ਵੀ ਅੱਛਾ ਭਾਈ ਤੂੰ ਚਲਾ ਜਾ। ਸੋ ਜਦੋਂ ਸਾਧ ਸੰਗਤ ਵਿੱਚ ਗਿਆ, ਅੱਗੇ ਮਹਾਤਮਾ ਜੀ ਕਥਾ ਕਰ ਰਹੇ ਸੀਗੇ, ਕਥਾ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਉਹ ਸਤਸੰਗ ਸੁਣ ਕੇ ਦੁਕਾਨ 'ਤੇ ਆ ਗਿਆ। ਬਾਜ਼ਾਰ ਵਿੱਚ ਗਾਈਆਂ ਫਿਰਦੀਆਂ ਰਹਿੰਦੀਆਂ ਸੀ ਆਮ ਹੀ, ਜਿਵੇਂ ਹੁਣ ਵੀ ਆਪਾਂ ਵੇਖਦੇ ਹੀ ਹਾਂ ਕਿੰਨੇ ਪਸ਼ੂ ਡੰਗਰ, ਇਹ ਭਾਰਤ ਦੀ ਗੱਲ ਕਰੀਏ ਆਪਾਂ ਪੰਜਾਬ ਦੀ, ਕਿੰਨੇ ਧਰਤੀ 'ਤੇ ਫਿਰਦੇ ਆ, ਕਿੰਨੇ ਅਵਾਰਾ ਪਸ਼ੂ ਡੰਗਰ ਨੇ, ਹੈ ਕੋਈ ਗਿਣਤੀ ਇਹਨਾਂ ਦੀ? ਐਵੇਂ ਉਹ ਬਾਜ਼ਾਰ ਵਿੱਚੋਂ ਗਾਈਆਂ ਫਿਰਦੀਆਂ ਫਿਰਦੀਆਂ ਆ ਗਈਆਂ, ਇੱਕ ਗਾਂ ਨੇ ਆ ਕੇ ਆਟਾ ਖਾਣਾ ਸ਼ੁਰੂ ਕਰਤਾ। ਉਹ ਚੁੱਪ ਕਰਕੇ ਬੈਠਾ ਰਿਹਾ। ਇੰਨੇ ਵਿੱਚ ਉਹਦਾ ਪਿਓ ਆ ਗਿਆ, ਉਹਨੇ ਦੇਖਿਆ ਅਤੇ ਕਹਿਣ ਲੱਗਾ, ਤੂੰ ਅੰਨਾ ਵਾਂ, ਤੂੰ ਅੰਨਿਆਂ ਦਾ ਵੀ ਅੰਨਾ ਵਾਂ, ਭਾਵ ਕਿ ਗਾਂ ਆਟਾ ਖਾਈ ਜਾਂਦੀ ਆਪਣੀ ਦੁਕਾਨ ਵਿੱਚੋਂ, ਵੀ ਤੈਨੂੰ ਕੀ ਹੋ ਗਿਆ? ਅਗਰ ਦੋ ਚਾਰ ਫਿਰ ਉਹ ਕਹਿੰਦਾ ਵੀ ਸੇਰ ਖਾ ਵੀ ਜਾਊਗੀ ਤਾਂ ਕੀ ਘੱਟ ਜੂਗਾ ਪਿਤਾ ਜੀ, ਸਾਡੇ ਕੋਲ ਬਹੁਤ ਆ, ਕਿੰਨਾ ਕੁ ਖਾ ਜੂਗੀ ਕਿਤੇ ਇਹ? ਤਾਂ ਉਹਨੇ ਕਥਾ ਸੁਣੀ ਸੀ, ਕਥਾ ਦਾ ਉੱਤੇ ਅਸਰ ਹੋ ਗਿਆ ਵੀ ਸੇਵਾ ਕਰਨੀ ਚਾਹੀਦੀ ਹੈ। ਇੱਕ ਦਿਨ ਪੁੱਤਰ ਕਥਾ ਸੁਣੇ ਆਇਆ ਸੀ, ਉਹਨੇ ਅਮਲ ਕਮਾਇਆ ਨਾ। ਮਹਾਜਨ ਕਹਿਣ ਲੱਗਾ, ਤੂੰ ਗੱਲ ਕਿੱਥੋਂ ਸਿੱਖੀ ਆ? ਕਹਿੰਦਾ ਜੀ ਧਰਮਸ਼ਾਲਾ 'ਚ ਸੰਤ ਕਥਾ ਕਰ ਰਹੇ ਸੀਗੇ ਮਹਾਤਮਾ ਕਿ ਸਾਰਿਆਂ ਦੀ ਸੇਵਾ ਕਰੋ ਅਤੇ ਗਊ ਗਰੀਬ ਹੋਵੇ ਉਹਦੀ ਰੱਖਿਆ ਕਰੋ ਔਰ ਕਿਸੇ ਦਾ ਦਿਲ ਨਾ ਦਿਖਾਓ। ਅੱਗੋਂ ਦਾ ਪਿਓ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ ਨਹੀਂ ਪੱਲੇ ਬੰਨ੍ਹੀ ਦੀਆਂ ਹੁੰਦੀਆਂ, ਮੇਰੇ ਵੱਲ ਵੇਖ, ਮੈਂ ਕਿੰਨਾ ਅਰਸਾ ਹੋ ਗਿਆ ਸਾਧ ਸੰਗਤ ਵਿੱਚ ਜਾਂਦਾ, ਉੱਥੇ ਮੈਂ ਪੱਲਾ ਝਾੜ ਕੇ ਆ ਜਾਂਦਾ। ਕਹਿਣ ਦਾ ਭਾਵ ਇਹ ਆ ਵੀ ਜੋ ਅਸੀਂ ਸਤਸੰਗਤ ਸੁਣਦੇ ਹਾਂ ਅਸਰ ਨਹੀਂ ਕਰਦੇ ਅਸੀਂ। ਕਿਉਂ ਨਹੀਂ ਕਰਦੇ? ਕਿਉਂਕਿ ਅਸੀਂ ਬਦਲਣਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਦੂਜਾ ਬਦਲੇ। ਪਤਨੀ ਚਾਹੁੰਦੀ ਪਤੀ ਬਦਲੇ, ਪਤੀ ਚਾਹੁੰਦਾ ਪਤਨੀ ਦਾ ਸੁਭਾਅ ਠੀਕ ਨਹੀਂ ਉਹ ਬਦਲੇ, ਅਤੇ ਕਈ ਵਾਰੀ ਅਸੀਂ ਚਾਹੁੰਦੇ ਹਾਂ ਬੱਚੇ ਬਦਲ ਜਾਣ, ਬੱਚੇ ਚਾਹੁੰਦੇ ਆ ਮਾਤਾ ਪਿਤਾ ਕਿਉਂ ਨਹੀਂ ਸਾਡੀ ਮੰਨਦੇ। ਤਾਂ ਇਵੇਂ ਅਸੀਂ ਇੱਕ ਦੂਜੇ ਨੂੰ ਤਾਂ ਬਦਲਣਾ ਚਾਹੁੰਦੇ ਹਾਂ, ਆਪਣੇ ਆਪ ਨੂੰ ਅਸੀਂ ਬਦਲਣਾ ਨਹੀਂ ਚਾਹੁੰਦੇ। ਮਹਾਰਾਜ ਕਹਿੰਦੇ ਆਪਣੇ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ।
ਦੁਨੀਆ ਦਾ ਕੋਈ ਵੀ ਕੰਮ ਪੈਸਾ ਦੇ ਕੇ ਕਰਾਇਆ ਜਾ ਸਕਦਾ ਹੈ। ਹੁਣ ਬਾਗਬਾਨੀ ਆ ਕੋਈ, ਉਹ ਘੜਨੀ ਆ ਅਤੇ ਫੁੱਲ ਲਾਉਣੇ ਆ, ਸਾਰਾ ਕੁਝ ਕਰਨਾ। ਮਾਲੀ ਨੂੰ ਪੈਸੇ ਦੇ ਦਿਓ, ਕਰ ਦੂਗਾ। ਸੋਨੇ ਦੇ ਗਹਿਣੇ ਬਣਵਾਉਣੇ ਆ, ਸੁਨਿਆਰ ਨੂੰ ਪੈਸੇ ਦੇ ਦਿਓ, ਬਣਾ ਦੂਗਾ। ਪਰ ਜਦੋਂ ਆਪਣੇ ਆਪ ਨੂੰ ਸਵਾਰਨ ਦੀ, ਘੜਨ ਦੀ ਗੱਲ ਆਉਂਦੀ ਆ, ਇਹ ਕੰਮ ਤਾਂ ਬੰਦਿਆ ਤੈਨੂੰ ਆਪ ਹੀ ਕਰਨਾ ਪੈਣਾ, ਇਹ ਕਿਸੇ ਨੇ ਨਹੀਂ ਕਰਨਾ। ਤਾਂ ਇਸ ਤਰ੍ਹਾਂ ਗੁਰਮੁਖੋ, ਭਾਈ ਸੰਮਣ ਅਤੇ ਭਾਈ ਮੂਸਣ ਜੀ, ਉਹਨਾਂ ਦਾ ਪ੍ਰੇਮ ਸੀਗਾ ਮਹਾਰਾਜ ਜੀ ਦੇ ਨਾਲ। ਇਤਨਾ ਪ੍ਰੇਮ ਸਿੱਖਾਂ ਦਾ ਹੋਣਾ ਚਾਹੀਦਾ। ਇਹ ਪ੍ਰੇਮ ਕੈਸਾ ਸੀਗਾ ਜਿਹਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਹ ਉਹ ਪ੍ਰੇਮ ਸੀਗਾ, ਤਨ ਮਨ ਕਾਟ ਕਾਟ ਸਭੇ ਅਰਪੀ, ਸਤਿਗੁਰੇ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵੇ। ਗੁਰਮੁਖੋ, ਜੇ ਆਪਾਂ ਗੁਰੂ ਅੱਗੇ ਭੇਟ ਕਰਨਾ ਹੋਵੇ ਕੋਈ ਚੀਜ਼, ਕੀ ਕਰੀਏ? ਵੱਧ ਤੋਂ ਵੱਧ ਆਪਾਂ ਕਹਿੰਦੇ ਆਪਾਂ ਪੈਸੇ ਭੇਟਾ ਕਰ ਦਿੰਦੇ ਹਾਂ, ਮਠਿਆਈ ਭੇਟ ਕਰ ਦਿੰਦੇ ਹਾਂ, ਪਕਵਾਨ। ਪਰ ਕੋਈ ਸਿੱਖ ਐਸੇ ਵੀ ਹੈਗੇ ਆ, ਜੇ ਗੁਰੂ ਨੂੰ ਭਾ ਜਾਵੇ ਉਹ ਸੀਸ ਵੀ ਭੇਟ ਕਰ ਦਿੰਦੇ ਆ। ਇਹ ਕੇਵਲ ਕਹਿਣ ਦੀਆਂ ਗੱਲਾਂ ਨਹੀਂ, ਸਿੱਖਾਂ ਨੇ ਕਰਕੇ ਦਿਖਾਇਆ ਜੀ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਹੇ ਵਾਹਿਗੁਰੂ ਜੀ, ਜਿਹਦੇ 'ਤੇ ਤੇਰੀ ਮਿਹਰ ਹੁੰਦੀ ਆ ਉਹ ਤੇਰੇ ਚਰਣਾਂ ਵਿੱਚ ਲੀਨ ਹੋ ਜਾਂਦਾ। ਜੇ ਗੁਰੂ ਨੂੰ ਚੰਗਾ ਲੱਗੇ, ਮੈਂ ਆਪਣਾ ਸੀਸ, ਆਪਣਾ ਸਿਰ ਵੀ ਗੁਰੂ ਅੱਗੇ ਭੇਟ ਧਰ ਦਿਆਂਗਾ। ਇਹ ਗੁਰੂ ਪਾਤਸ਼ਾਹ ਜੀ ਦੇ ਬਾਣੀ ਵਿੱਚ ਬਚਨ ਆ, ਅਤੇ ਸਿੱਖਾਂ ਨੇ ਕਰਕੇ ਦਿਖਾਇਆ ਜੀ। ਅਸੀਂ ਪੁਰਾਤਨ ਸਿੱਖਾਂ ਤੋਂ ਬੜਾ ਕੁਝ ਸਿੱਖ ਸਕਦੇ ਹਾਂ। ਭਾਈ ਮੰਝ ਜੀ ਹੋ ਗਏ, ਭਾਈ ਬਹਿਲੋਂ ਸਭ ਤੋਂ ਪਹਿਲੋਂ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ। ਗੁਰਮੁਖੋ, ਭਾਈ ਮੰਝ ਜੀ ਦਾ ਜੀਵਨ ਪੜ੍ਹੋ, ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਬਾਰੇ ਦੇਖੋ, ਭਾਈ ਤਾਰੂ ਸਿੰਘ ਜੀ ਦਾ ਜੀਵਨ ਪੜ੍ਹੋ, ਜਿਨ੍ਹਾਂ ਦੀ ਸਿੱਖੀ ਸੱਚਮੁੱਚ ਹੀ ਕੇਸਾਂ ਸਵਾਸਾਂ ਸੰਗ ਨਿਭੀ ਆ। ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਿਹੜੇ ਪਾਸੇ ਸਾਡਾ ਖਿਆਲ ਹੋ ਗਿਆ? ਕੀ ਅਸੀਂ ਕਰ ਰਹੇ ਹਾਂ? ਕੀ ਖੱਟਿਆ ਅਤੇ ਕੀ ਗਵਾਇਆ? ਇਹ ਬਹਿ ਕੇ ਸੋਚਣ ਦੀ ਲੋੜ ਆ ਸਾਨੂੰ। ਮਹਾਰਾਜ ਦੀ ਬਾਣੀ ਵਿੱਚ ਹੀ ਪੰਕਤੀਆਂ ਆਉਂਦੀਆਂ ਨੇ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਬੰਦਿਆ, ਤੂੰ ਸੋਚ, ਦੁਨੀਆ 'ਚ ਜਦੋਂ ਦਾ ਆਇਆ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਹੈ ਆਏ ਕਹਿ, ਕਿਆ ਤੁਧ ਕਰਮ ਕਮਾਇਆ? ਇੱਥੇ ਰਹਿ ਕੇ ਤੂੰ ਕੀ ਖੱਟੀ ਖੱਟੀ ਆ? ਰਹਿਣ ਜਿਹੜੀ ਆ ਸੌਂ ਕੇ ਗਵਾਲੀ ਆ, ਦਿਨ ਘੁੰਮ ਕੇ ਖਾ ਪੀ ਕੇ, ਹੀਰੇ ਜੈਸਾ ਜਨਮ ਕੌਡੀਆਂ ਬਦਲੇ ਗਵਾਲਿਆ ਤੂੰ, ਅਤੇ ਚਲੋ ਸਿਤਾਬ ਦੀਵਾਨ ਬੁਲਾਇਆ। ਉਹ ਤੈਨੂੰ ਧਰਮਰਾਜ ਸੱਦੂਗਾ, ਕਿਆ ਮੁੱਖ ਲੈ ਕੇ ਜਾਹੇਗਾ? ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁੱਖ ਚੋਟਾਂ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਹੇਗਾ? ਤਾਂ ਕਿਵੇਂ ਤੂੰ ਮੂੰਹ ਦਿਖਾਵੇਂਗਾ ਜੀ ਉੱਥੇ ਜਾ ਕਰ? ਇਸ ਤਰ੍ਹਾਂ ਗੁਰਮੁਖੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਅਪਾਰ ਬਖਸ਼ਿਸ਼ ਕੀਤੀ ਹੈ। ਤਾਂ ਇਹ ਕਥਾ ਜਿਹੜੀ ਆ ਭਾਈ ਸੰਮਣ ਅਤੇ ਭਾਈ ਮੂਸਨ ਜੀ, ਇਹ ਉਹਨਾਂ ਦੇ ਪ੍ਰੇਮ ਦੀ ਕਥਾ ਹੈ। ਇਹ ਅਕੱਥ ਕਹਾਣੀ ਪ੍ਰੇਮ ਕੀ, ਇਹਨੂੰ ਨਾ ਤਾਂ ਸ਼ਬਦਾਂ ਵਿੱਚ ਕਿਹਾ ਹੀ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਪ੍ਰੇਮ ਨੂੰ। ਤਾਂ ਅਸੀਂ ਵੀ ਭਾਈ ਆਓ, ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਐਸਾ ਹੀ ਪ੍ਰੇਮ ਕਰਨਾ ਹੈ ਜਿਵੇਂ ਭਾਈ ਸੰਮਣ ਜੀ, ਭਾਈ ਮੂਸਣ ਜੀ, ਉਹ ਪਿਤਾ ਅਤੇ ਪੁੱਤਰ ਨੇ ਗਰੀਬੀ ਵਿੱਚ ਕੀਤਾ। ਸਾਡੇ ਕੋਲ ਸਭ ਕੁਝ ਹੋ ਕੇ ਵੀ ਦਸ ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ, ਅਸੀਂ ਰੋਸ ਕਰਦੇ ਹਾਂ ਜੀ। ਇਹ ਕਾਰਜ ਜਿਹੜਾ ਗੁਰੂ ਨੂੰ ਕਦੇ ਨਹੀਂ ਭਾਵੇਗਾ। ਸਬਰ ਕਰੀਏ, ਸ਼ੁਕਰ ਕਰੀਏ ਪਰਮੇਸ਼ਰ ਦਾ, ਤੂੰ ਦਾਤਾ ਦਾ ਤਾਰ, ਵਾਹਿਗੁਰੂ ਤੇਰਾ ਦਿੱਤਾ ਖਾਵਣਾ। ਭੁੱਲ ਚੁੱਕ ਦੀ ਖਿਮਾ ਜੀ,
ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭ ਨੂੰ ਹੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਜੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।